ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ ਸਾਰੇ ਦਰਸ਼ਕਾਂ ਦਾ। ਵਿਚਾਰ ਵਟਾਂਦਰਾ ਅਸੀਂ ਜਾਰੀ ਰੱਖਿਆ ਹੋਇਆ ਆਪਣਾ ਤੇ ਕਾਫੀ ਸਾਰੇ ਦਰਸ਼ਕਾਂ ਦਾ ਸਾਨੂੰ ਕਾਲ ਆ ਰਹੀ ਹੈ ਤੇ ਅਸੀਂ ਉਹਨਾਂ ਦੇ ਵੀ ਪ੍ਰਤੀਕਰਮ ਜਾਣ ਲਈਏ ਇਸ ਮੁਤਲਕ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ 에ਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹਾਂਜੀ ਛੋਟੇ ਭਾਈ ਹਰਕੀਤ, ਦੋਨਾਂ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੱਖਣ ਬੋਲਦਾ ਹਾਂ ਜੀ। ਹਾਂਜੀ ਮੱਖਣ ਸਿੰਘ ਜੀ, ਕੀ ਕਹਿਣਾ ਚਾਹੋਗੇ? ਦੇਖੋ ਮੈਂ ਇਹ ਕਹਿਣਾ ਚਾਹੁੰਦਾ ਕਿ ਜਦੋਂ ਇਹਨਾਂ ਦਾ ਪਹਿਲੋਂ ਵੀ ਮੈਂ ਸੁਣਿਆ ਸੀ ਕਿ ਮੇਰਾ ਭਾਵਾਂ ਮੈਂ ਕੁਰਬਾਨ ਵੀ ਹੋ ਜਾਵਾਂ ਮੈਂ ਸੱਚ ਤੇ ਜਾਊਂਗਾ ਜੀ ਜੀ। ਅੱਜ ਤੋਂ ਮੈਂ 2-3 ਮਹੀਨੇ ਪਹਿਲੋਂ ਵੀ ਇਹਨਾਂ ਦੇ ਇਹ ਸੁਣਿਆ ਸੀ ਬਿਆਨ। ਦੇਖੋ ਮੈਂ ਇਹ ਗੱਲਾਂ ਕਰਨੀਆਂ ਬਹੁਤ ਘੱਟ ਜਾਣਦਾ ਕਿ ਕਿਸੇ ਨੇ ਜੋ ਵੀ ਆਪਣੇ ਝਰਨੇ ਪਹਾੜਾਂ ਚੋਂ ਨਿਕਲਦੇ ਆ ਰਾਹ ਵਿੱਚ ਉਹਨਾਂ ਨੂੰ ਕਿੰਨੀਆਂ ਰੁਕਾਵਟਾਂ ਆਉਂਦੀਆਂ, ਜੋ ਇਹਨਾਂ ਨੂੰ ਰੁਕਾਵਟਾਂ ਇਸ ਸਾਹਮਣੇ ਦੇਖ ਲਈਆਂ ਜੀ ਜੀ ਕਿ ਉਹਨਾਂ ਦੇ ਚਟਾਨਾਂ ਵੀ ਰਾਹ ਵਿੱਚ ਆਉਂਦੀਆਂ, ਉਹਨਾਂ ਦੇ ਕੰਢੇ ਸਭ ਕੁਛ ਉਹਨਾਂ ਦੇ ਰਾਹ ਵਿੱਚ ਆਉਂਦਾ ਝਰਨੇ ਦੇ ਜੀ। ਇੱਕੋ ਹੀ ਮਿੰਟ ਲੱਗਣਾ ਜੇ ਮੇਰੀਆਂ 4 ਗੱਲਾਂ ਸੁਣ ਲਓ। ਇਹਨਾਂ ਵਾਸਤੇ ਮਨਜੀਤ ਸਿੰਘ ਜੀ ਕੇ ਹੋਣਾ ਵਾਸਤੇ ਆ ਕਿ ਝਰਨਿਆਂ ਜਾਰਾ ਉਹ ਕਿਹਨਾਂ ਬਹਿਣਾ ਚ ਰੁੜਿਆ ਜਾ ਰਹੇ ਹੋ, ਬੇਮਰਾਦੇ ਦਿਲ ਤਰ੍ਹਾਂ ਗੋਤੇ ਦੇ ਗੋਤਾ ਖਾ ਰਹੇ ਹੋ, ਪੱਥਰਾਂ ਤੇ ਮਾਰ ਸਰ ਕੀ ਕੀਰਨੇ ਤੂੰ ਕਰ ਰਹੇ ਹੋ, ਇਸ ਤਸੀਹੇ ਰਾਤ ਦਿਨ ਕਿਸ ਦੀ ਲਗਨ ਵਿੱਚ ਜਾ ਰਹੇ ਹੋ ਜੀ ਜੀ। ਗੇੜ ਵਿੱਚ ਹਰ ਦਮ ਰਹਿਣ ਦੀ ਕੀ ਤੂੰ ਇਲਤ ਲਾ ਲਈ, ਉਹ ਰਾਹ ਵਿੱਚ ਗੋਡਾ ਨਮਾਉਣ ਦੀ ਹੈ ਸੌਂ ਕਿਉਂ ਖਾ ਲਈ, ਸੱਚ ਦੱਸ ਕਿ ਸਿੱਖ ਨੇ ਲੂ ਨੂੰ ਤੇਰਾ ਤੜਫਾਇਆ, ਉਹ ਭਾਲ ਕਿਸ ਦੀ ਕਰਨ ਪੱਥਰ ਪਾੜਦਾ ਤੂੰ ਆਇਆ, ਜੋ ਇਹ ਪੱਥਰ ਪਾੜਦੇ ਦੁਨੀਆ ਤੇ ਕਰ ਰਿਹਾ ਜੋ ਕੁਛ ਇਹ ਜੀ 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 ਜੀ। ਦਰਦ ਕਿਸ ਦੀ ਚੀਸ ਹੈ, ਉਹ ਦਿਲ ਚੀਰ ਮੇ ਇਸ ਸ਼ੋਰ ਵਿੱਚ ਲੋਰ ਹੈ ਕਿ ਇਸ਼ਕ ਦਾ ਇਸ ਬੇਮਹਾਰੀ ਤੋਰ ਵਿੱਚ ਅੱਗੋਂ ਉੱਤਰ ਦਿੱਤਾ ਫੇ ਝਰਨੇ ਨੇ ਜੀ। ਲੇਖ ਵਿੱਚ ਮੇਰੇ ਧੁਰੋਂ ਪੱਲੇ ਪਈਏ ਤੋਰ ਹੈ, ਉਹ ਤੋਰ ਵਿੱਚ ਹੀ ਜ਼ਿੰਦਗੀ ਦਾ ਮਰਮਮ ਕਰਦਾ ਸ਼ੋਰ ਹੈ ਜੀ ਜੀ ਜੀ। ਉਮਰ ਦੇ ਘੜਿਆਲ ਦੀ ਸੂਈ ਤਰ੍ਹਾਂ ਨਿਤ ਚੱਲਣਾ, ਹੌਸਲਾ ਨਾ ਹਾਰਨਾ ਔਰ ਚਾਲ ਨੂੰ ਨਾ ਠੱਲਣਾ, ਵੱਧਦਿਆਂ ਜਾਣਾ ਗੇਰੇ ਮੋੜਨਾ ਪਿੱਛੇ ਤੱਕਣਾ, ਮੁਸ਼ਕਲਾਂ ਨੂੰ ਮਲਦਿਆਂ ਪੈਰਾਂ ਤੱਲੇ ਨਾ ਥੱਕਦਾ, ਅੱਖ ਦਰਿਆ ਕੈਰ ਵੀ ਮੇਰਾ ਬਹਾਰਾਂ ਲਾ ਰਹੀ, ਉਹ ਹਾਂ ਵਧੇ ਚਲੋ ਪਕਾਰਾਂ, ਚਾਲ ਮੇਰੀ ਪਾਲੀ ਲਾਟ ਲੈਣਾ, ਮੈਂ ਇਸੇ ਦ੍ਰਿੜ ਚਾਲ ਤੋਂ ਪਾਈਆਂ ਮਰਾਦਾਂ ਸਾਰੀਆਂ, ਸਿੱਖਿਆ ਮੇਰੇ ਚੱਲਣ ਤੋਂ ਹੌਸਲਾ ਸੰਸਾਰੀਆਂ, ਸਿੱਖਿਆ ਮੇਰੇ ਚੱਲਣ ਤੋਂ ਹੌਸਲਾ ਸੰਸਾਰੀਆਂ। ਉਹਨਾਂ ਦੇ ਮੈਂ ਜੋ ਵੀ ਇਹਨਾਂ ਨੂੰ ਬਹੁਤ ਰੁਕਾਵਟਾਂ ਆਉਣੀਆਂ ਝਰਨਿਆਂ ਨੂੰ ਆਉਂਦੀਆਂ ਔਰ ਆਉਂਦੀਆਂ ਰਹਿਣਗੀਆਂ, ਪਰ ਹੌਸਲਾ ਨਹੀਂ ਹਾਰਨਗੇ ਕਦੇ ਵੀ। ਚਲੋ ਬਹੁਤ ਬਹੁਤ ਮਿਹਰਬਾਨੀ, ਤੁਸੀਂ ਕਿਹਾ ਉਹਨਾਂ ਨੂੰ ਮਨਜੀਤ ਸਿੰਘ ਜੀ ਕੇ ਉਹਨਾਂ ਨੂੰ, ਲੇਕਿਨ ਗੱਲ ਅੱਜ ਅਸੀਂ ਇੱਥੇ ਕਰ ਰਹੇ ਹਾਂ ਮੀਡੀਆ ਦੀ ਆਜ਼ਾਦੀ ਦੀ, ਮੀਡੀਆ ਦੇ ਉਹਨਾਂ ਗੱਲਾਂ ਦੀ ਜੋ ਕਿ ਨਿਰਪੱਖ ਗੱਲਾਂ ਅਸੀਂ ਤੁਹਾਡੇ ਸਾਹਮਣੇ ਲੈ ਕੇ ਆਉਂਦੇ ਹਾਂ। ਇੱਕ ਤਾਂ ਇਹ ਤਸਵੀਰ ਸਾਫ਼ ਬਿਆਨ ਕਰ ਰਹੀ ਹੈ ਕਿ ਅਗਰ ਅਸੀਂ ਕੋਈ ਗੱਲ ਰੱਖਣਾ ਚਾਹੁੰਦੇ ਹਾਂ ਇੰਟਰਨੈਸ਼ਨਲ ਪੱਧਰ ਦੇ ਉੱਤੇ ਤਾਂ ਕਈ ਅਜਿਹੇ ਲੋਕ ਹਨ, ਕਈ ਸੰਸਥਾਵਾਂ ਹਨ ਜੋ ਆਵਾਜ਼ ਨੂੰ ਬੰਦ ਕਰਨਾ ਚਾਹੁੰਦੀਆਂ ਹਨ। ਉਹ ਸਿਰਫ ਚਾਹੁੰਦੀਆਂ ਹਨ ਕਿ ਉਹਨਾਂ ਦੇ ਹੀ ਜਿਹੜਾ ਉਹਨਾਂ ਦਾ ਜਿਹੜਾ ਤੋਤਾ ਹੈ ਉਹ ਤੋਤਾ ਸਾਹਮਣੇ ਆਏ ਔਰ ਉਹ ਬੋਲਿਆ ਜਾਏ, ਜੋ ਕਿ ਹੋ ਵੀ ਰਿਹਾ। ਲੇਕਿਨ ਇਹ ਮੀਡੀਆ ਹਾਊਸ ਜਿਹੜਾ ਜਸ ਬ੍ਰੌਡਕਾਸਟਿੰਗ ਇਹ ਉਹ ਤੋਤਾ ਨਹੀਂ ਹੈਗਾ ਕਿ ਤੁਹਾਡੀ ਆਵਾਜ਼ ਬੋਲੇਗਾ। ਇਹ ਸਾਡੀ ਇਸ ਟੀਮ ਦਾ, ਸਾਡੇ ਪ੍ਰੈਜ਼ੀਡੈਂਟ ਦਾ, ਸਾਡੇ CEO ਦਾ, ਸਾਡੇ ਚੈਨਲ ਦੇ ਉਹਨਾਂ ਦਾ ਹਮੇਸ਼ਾ ਟੀਚਾ ਰਹਿੰਦਾ ਹੈ ਕਿ ਤੁਸੀਂ ਨਿਰਪੱਖ ਗੱਲ ਸਾਹਮਣੇ ਲੈ ਕੇ ਆਣੀ ਹੈ, ਤੁਸੀਂ ਕਿਸੇ ਦਾ ਤੋਤਾ ਨਹੀਂ ਬਣਨਾ, ਕਿਸੇ ਦੀ ਆਵਾਜ਼ ਨਹੀਂ ਬਣਨੀ। ਸਾਨੂੰ ਮਾਣ ਹੈ ਕਿ ਅੱਜ ਤੱਕ 12 ਸਾਲਾਂ ਦੇ ਵਿੱਚ ਅਸੀਂ ਕਿਸੇ ਦੀ ਆਵਾਜ਼ ਨਹੀਂ ਬਣੇ, ਨਿਰਪੱਖ ਗੱਲਾਂ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ ਔਰ ਅੱਗੇ ਵੀ ਅਸੀਂ ਲਿਆਂਦੇ ਰਵਾਂਗੇ, ਚਾਹੇ ਸਾਡੇ ਗੈਸਟ ਨੂੰ ਇਸ ਤਰੀਕੇ ਨਾਲ ਗੱਲਾਂ ਕਰਨ। ਲੇਕਿਨ ਅੱਜ ਇਹ ਗੱਲ ਸਾਬਤ ਹੋ ਗਈ ਹੈ ਕਿ ਨਿਰਪੱਖ ਗੱਲ ਅਗਰ ਕੋਈ ਕਰਦਾ ਹੈ ਤਾਂ ਉਸ ਦਾ ਇਸ ਤਰੀਕੇ ਨਾਲ ਗੱਲਾਂ ਸਾਹਮਣੇ ਆਉਂਦੀਆਂ ਹਨ ਔਰ ਇਸ ਤਰੀਕੇ ਦੀ ਹੁੜਦੰਗ ਜਿਹੜੀ ਹੈ ਇਹਨਾਂ ਗੁੰਡਿਆਂ ਵੱਲੋਂ ਕੀਤੀ ਜਾਂਦੀ ਹੈ। ਨਵੀਨ ਜੀ ਕੁਝ ਐਡ ਤੁਸੀਂ ਕਹਿ ਰਹੇ ਸੀਗੇ। ਦੇਖੋ ਹਰਕੀਰਤ, ਜਦੋਂ ਕੋਈ ਸੈਂਸਿਟਿਵ ਇਸ਼ੂ ਹੁੰਦਾ ਹੈ, ਕੋਈ ਬਹੁਤ ਹੀ ਸੀਰੀਅਸ ਇਸ਼ੂ ਹੈ ਤੇ ਉਹਦੇ ਵਾਸਤੇ ਮੂਵਮੈਂਟ ਨੂੰ ਵੀ ਸੀਰੀਅਸ ਹੋਣਾ ਪੈਂਦਾ ਹੈ। ਜਿਹੜੇ ਬੰਦੇ ਉਹਦੇ ਨਾਲ ਪਿੱਛੇ ਲੱਗੇ ਨੇ ਦੇ ਆਰ ਆਸਕਿੰਗ ਫॉर ਐਨੀਥਿੰਗ, ਸੋ ਦੇ ਸ਼ੁੱਡ ਬੀ ਆਲਸੋ ਵੈਰੀ ਸੈਂਸਿਟਿਵ ਐਂਡ ਵੈਰੀ ਸੀਰੀਅਸ। ਜੋ ਇਹ ਚੀਜ਼ ਹੋਈ, ਮੈਂ ਕਹਾਂਗਾ ਹਰਕਤ ਹੋਈ, ਇਹਨੇ ਉਸ ਚੀਜ਼ ਨੂੰ ਬੜਾ ਹਲਕਾ ਕਰ ਦਿੱਤਾ। ਉਹਨਾਂ ਐਲੀਮੈਂਟਸ ਦੇ ਉੱਤੇ ਸਵਾਲ ਚੁੱਕਣੇ ਸ਼ੁਰੂ ਕਰਤੇ ਤੇ ਉਹਨਾਂ ਦੀ ਆਪਣੀ ਹੋਂਦ, ਆਪਣੀ ਜਿਹੜਾ ਉਹਨਾਂ ਦਾ ਪ੍ਰਯਾਸ ਹੈ, ਜੋ ਆਇਡੈਂਟਿਟੀ ਹੈ, ਉਹਦੇ ਉੱਤੇ ਵੀ ਸਵਾਲੀਆ ਨਿਸ਼ਾਨ ਲੱਗਦੇ ਆ ਕਿ ਵਾਈ ਦੇ ਹੈਵ ਕਮ ਟੂ ਦਿਸ ਲੈਵਲ। ਲੈਵਲ ਉਹ ਕਹਿੰਦੇ ਯੂ ਸਟੂਪ ਟੂ ਦਿਸ ਲੈਵਲ ਤੋਂ ਉਸੇ ਲੈਵਲ ਤੇ ਕਿਉਂ ਆਏ ਤੁਸੀਂ ਤੇ ਜੋ ਇਹ ਚੀਜ਼ ਹੈ ਇਟਸ ਅਨਫੋਰਚੂਨੇਟ ਇਹਨੂੰ ਨਹੀਂ ਹੋਣਾ ਚਾਹੀਦਾ ਜਿਸ ਤਰ੍ਹਾਂ ਅਸੀਂ ਪਹਿਲਾਂ ਕਿਹਾ ਕਿ ਜਸ ਬ੍ਰੌਡਕਾਸਟਿੰਗ ਪੂਰੇ ਮੀਡੀਆ ਐਥਿਕਸ ਦੇ ਨਾਲ ਪੂਰੇ ਪ੍ਰੋਫੈਸ਼ਨਲਿਜ਼ਮ ਦੇ ਨਾਲ ਅਸੀਂ ਗੱਲ ਕਰਦੇ ਹਾਂ ਸਾਰੇ ਆਪਣੇ ਦੋਨੋਂ ਬੈਲੈਂਸ ਦੇ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਤੁਹਾਨੂੰ ਯਾਦ ਹੈ ਲੰਡਨ ਦੇ ਵਿੱਚ ਵੀ ਜਿਹੜੀ ਬੈਠਕ ਹੋਈ ਅਸੀਂ ਫੋਨ ਤੇ ਹੀ ਉਦੋਂ ਕਹਿੰਦੇ ਰਹੇ ਕਿ ਤੁਹਾਨੂੰ ਅਗਰ ਉਸ ਪਾਸੇ ਦੀ ਕੋਈ ਗੱਲ ਕਰਨੀ ਹੈ ਤੇ ਯੂ ਸ਼ੁਡ ਕਾਲ ਨੋਬਡੀ ਕਾਲਡ ਔਨ ਦੈਟ ਡੇ ਵੀ ਟ੍ਰਾਈ ਟੂ ਕੰਟੈਕਟ ਦੀ ਲੰਡਨ ਪੀਪਲ ਓਵਰ देयर ਉਹਨਾਂ ਨੂੰ ਕਿਹਾ ਕਿ ਤੁਸੀਂ ਦੇ ਵਰ ਨਾਟ ਅਵੇਲੇਬਲ ਔਨ ਦ ਫੋਨ ਸੋ ਵੀ ਟ੍ਰਾਈ ਟੂ ਕੀਪ ਦ ਬੈਲੈਂਸ ਕਵਰੇਜ ਵੀ ਐਟਲੀਸਟ ਅਸੀਂ ਦੋਨੋਂ ਪੱਖ ਦੇ ਰੱਖਣ ਦੀ ਕੋਸ਼ਿਸ਼ ਕਰਦੇ ਹਾਂ ਬਟ ਜੋ ਵੀ ਇਹ ਹੁਣ ਇੱਕ ਪੱਖ ਨੇ ਹਾਵੀ ਹੋਣ ਦੀ ਕੋਸ਼ਿਸ਼ ਕੀਤੀ ਮੀਡੀਆ ਉੱਤੇ ਹਮਲਾ ਕੀਤਾ ਮੀਡੀਆ ਦੇ ਐਕਸਪ੍ਰੈਸ਼ਨ ਤੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਇਟ ਇਜ਼ ਵੈਰੀ ਅਨਫੋਰਚੂਨੇਟ ਇਹ ਨਹੀਂ ਹੋਣਾ ਚਾਹੀਦਾ ਸੀ ਲੇਕਿਨ ਕਈ ਕਈ ਮੀਡੀਆ ਹਾਊਸਸ ਯੂ ਨੋ ਵੀ ਡੋਨਟ ਵਾਂਟ ਟੂ ਟੇਕ ਅ ਨੇਮ ਉਹ ਰੱਟੂ ਤੋਤੇ ਨੇ ਔਰ ਉਹ ਦੇਖੋ ਉਹਨਾਂ ਦੀ ਜ਼ਬਾਨੀ ਬੋਲਦੇ ਨੇ ਦੇਰ ਆਈ ਵੁੱਡ ਸੇ ਦੇਰ ਇਜ਼ ਅ ਬਲੈਕ ਸ਼ੀਪਸ ਆਰ ਐਵਰੀਵੇਅਰ ਹਰ ਟ੍ਰੇਡ ਹਰ ਪ੍ਰੋਫੈਸ਼ਨ ਚ ਹੁੰਦੇ ਨੇ ਸੋ ਆਈ ਡੋਨਟ ਵਾਂਟ ਟੂ ਟਾਕ ਅਬਾਊਟ ਥੈਮ ਬਟ ਉਹ ਹੈ ਕਿ ਕਿਸੇ ਨੂੰ ਤੁਸੀਂ ਲੀਕ ਤੋਂ ਤਾਂ ਨਹੀਂ ਲੱਗ ਸਕਦੇ ਸਾਡੀ ਆਪਣੀ ਇੱਕ ਇਮੇਜ ਹੈ ਸਾਡੇ ਜਸ ਬ੍ਰੌਡਕਾਸਟ ਦਾ ਆਪਣਾ ਇੱਕ ਪ੍ਰੋਫੈਸ਼ਨਲ ਸਟੈਂਡਰਡ ਹੈ ਐਂਡ ਵੀ ਆਰ ਮੇਨਟੇਨਿੰਗ ਇਟ ਨੋਬਡੀ ਵਿਲ ਹੈਵ ਐਵਰ ਕੰਪਲੇਂਟ ਫॉर ਦਿਸ ਜੀ ਇਹਦਾ ਪਿਛਲਾ ਆਪਣਾ ਟਰੈਕ ਰਿਕਾਰਡ ਦੇਖ ਲਓ ਸੋ ਵੀ ਹੈਵ ਆਲਵੇਸ ਫਾਲੋਡ ਦੀ ਮੀਡੀਆ ਐਥਿਕਸ ਔਰ ਅਸੀਂ ਵੀ ਟ੍ਰਾਈ ਟੂ ਡੂ ਦੀ ਪ੍ਰੋਫੈਸ਼ਨਲਿਜ਼ਮ ਨਾਲ ਪੂਰਾ ਕੰਮ ਕਰਦੇ ਆ ਬਟ ਸਾਡੇ ਪ੍ਰੀਮਿਸਿਸ ਚ ਆਏ ਗੈਸਟ ਨੂੰ ਸਾਡੇ ਗੈਸਟ ਦੇ ਉੱਤੇ ਇਸ ਤਰ੍ਹਾਂ ਅਟੈਕ ਕਰਨਾ ਇਟ ਵਾਸ ਵੈਰੀ ਅਨਫੋਰਚੂਨੇਟ ਦੈਟ ਦ ਵੇ ਦੇ ਹੈਵ ਡਨ ਇਟ ਵੀ ਹੈਵ ਸੀਨ ਇਟ ਆਵਰਸੈਲਫ ਇਟ ਵਾਸ ਵੈਰੀ ਅਨਫੋਰਚੂਨੇਟ ਐਂਡ ਜਸਟ ਬ੍ਰੌਡਕਾਸਟਿੰਗ ਸਟਰੋਂਗਲੀ ਕੰਡੈਮ ਦਿਸ ਇਨਸੀਡੈਂਟ ਜੀ 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 ਕਾਲਰਸ ਵੀ ਸਾਡੇ ਨਾਲ ਜੁੜ ਰਹੇ ਨੇ ਉਹਨਾਂ ਦੇ ਵਿਚਾਰ ਜਾਣ ਲਈ ਸਤਿ ਸ਼੍ਰੀ ਅਕਾਲ ਜੀ ਤੁਸੀਂ ਔਨ 에ਅਰ ਹੋ ਕੌਣ ਬੋਲ ਰਹੇ ਹੋ ਕਿੱਥੋਂ ਬੋਲ ਰਹੇ ਹੋ ਸਤਿ ਸ਼੍ਰੀ ਅਕਾਲ ਅਰਕਿਰਾ ਜੀ ਮੈਂ ਉਰਾਉਣ ਤੋਂ ਬੋਲਦਾ ਸਤਿ ਸ਼੍ਰੀ ਅਕਾਲ ਜੀ ਕੀ ਕਹਿਣਾ ਚਾਹੁੰਦੇ ਇਹ ਜਿਹੜੇ ਗੁੰਡੇ ਸੀ ਇਹ ਕਿਰਾਏ ਦੇ ਗੁੰਡੇ ਆ ਪੰਨੂ ਦੇ ਭੇਜੇ ਹੋਏ ਗੁੰਡੇ ਆ ਇਹ ਤੁਸੀਂ ਇਹਨੂੰ ਇੰਟਰਵਿਊ ਵਾਸਤੇ ਬੁਲਾਇਆ ਸੀਗਾ ਇਹ ਆਇਆ ਨਹੀਂ ਮੈਂ ਰਿਆਜ਼ ਸਾਹਿਬ ਨੂੰ ਕਿਹਾ ਸੀ ਇਹਨੂੰ ਲੈ ਕੇ ਆਓ ਜੀ ਉਹ ਇਹਦਾ ਨਕਲੀ ਬੰਦਾ ਹੈ ਉਹ ਪਾਕਿਸਤਾਨ ਨਾਲ ਫੰਡਿਡ ਹੈਗਾ ਉਹ ਆ ਨਹੀਂ ਸਕਦਾ ਤੁਹਾਡੇ ਚੈਨਲ ਦੇ ਉੱਤੇ ਉਹ ਉਹਨਾਂ ਚੈਨਲ ਤੇ ਜਾਂਦਾ ਜਿੱਥੇ ਉਹਦੀ ਨਾ ਉਹ ਕੀ ਕਹਿੰਦੇ ਥੈਲੀ ਥੈਲੀ ਜਾਂਦੀ ਹੈ ਅਸੀਂ ਓਪਨ ਡਿਬੇਟ ਕਰਨ ਲੈਂਦੇ ਆ ਅਸੀਂ ਓਪਨ ਡਿਬੇਟ ਰੱਖੀ ਹੋਈ ਅਸੀਂ ਸਾਰਿਆਂ ਨੂੰ ਨਿਯੋਤਾ ਦਿੰਦੇ ਆ ਕਿ ਆਓ ਗੱਲ ਕਰੋ ਇਸ ਪਲੇਟਫਾਰਮ ਦੇ ਉੱਤੇ ਔਰ ਅਸੀਂ ਤੁਹਾਡੇ ਨਾਲ ਵੀ ਗੱਲ ਕਰੀਏ ਉਹਨਾਂ ਸਾਰੇ ਸਵਾਲਾਂ ਦੇ ਜਵਾਬ ਲਈਏ ਜੋ ਕਿ ਤੁਹਾਡੇ ਜ਼ਿਹਨ ਦੇ ਵਿੱਚ ਸਾਡੇ ਜ਼ਿਹਨ ਦੇ ਵਿੱਚ ਚੱਲਦੇ ਹਨ ਅਸੀਂ ਹਮੇਸ਼ਾ ਨਿਯੋਤਾ ਦਿੰਦੇ ਹਨ ਅਸੀਂ ਉਸ ਦਿਨ ਵੀ ਕੋਸ਼ਿਸ਼ ਕੀਤੀ ਸੀਗੀ ਕਿ ਇਹਨਾਂ ਨੂੰ ਜੋੜੀਏ ਲੇਕਿਨ ਦੇ ਡੋਨਟ ਵਾਂਟ ਟੂ ਕਮ ਔਨ ਫੋਨ ਐਂਡ ਦੇ ਡੋਨਟ ਵਾਂਟ ਜਿਹੜਾ ਕੀਤਾ ਸੀ ਰੈਫਰੈਂਡਮ 2020 ਜਿਹੜਾ ਹੋਇਆ ਸੀਗਾ ਲੰਡਨ ਦੇ ਵਿੱਚ ਪੂਰੀ ਗੱਲ ਕਰਨ ਦੀ ਉਹਨਾਂ ਦਾ ਪੱਖ ਰੱਖਣ ਦੀ ਵੀ ਕੋਸ਼ਿਸ਼ ਕੀਤੀ ਔਰ ਲਾਸਟ ਮੋਮੈਂਟ ਲੰਡਨ ਰੈਫਰੈਂਡਮ ਤੋਂ ਬਾਅਦ ਜਿਹੜਾ ਪ੍ਰੋਗਰਾਮ ਕੀਤਾ ਸੀ ਵੀ ਟ੍ਰਾਈ ਟੂ ਕੰਟੈਕਟ them ਇਨ ਲੰਡਨ ਨੋਬਡੀ ਕੇਮ ਔਨ ਦ ਲਾਈਨ ਨੋਬਡੀ ਕੰਟੈਕਟਡ ਅਸ ਔਰ ਇਵਨ ਅਸੀਂ फोन पे भी लोगों को करते रहे इल्तजा भी तो ਤੁਹਾਨੂੰ ਇਫ ਯੂ ਵਾਂਟ ਟੂ ਪੁੱਟ ਯੋਰ ਆਪਣਾ ਰੱਖਣਾ ਚਾਹੁੰਦੇ ਹੋ ਪੱਖ ਤੇ ਰੱਖੋ ਤੇ ਨੋਬਡੀ ਕਾਲਡ ਔਨ ਦੈਟ ਡੇ ਜੀ 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 ਲੋਕਾਂ ਨੇ ਆਪਣੇ ਆਪਣੇ ਤਰਕ ਕਰਕੇ ਠੀਕ ਹੈ ਮੈਂ ਮੰਨਦਾ ਕਿ ਕਈ ਸੰਸਥਾਵਾਂ ਜਿਹੜੀਆਂ ਹਨ ਉਹ ਮੁੱਦਿਆਂ ਨੂੰ ਲੈ ਕੇ ਗੱਲ ਕਰਦੀਆਂ ਹੁਣ ਕਰ ਵੀ ਰਹੀਆਂ ਹਨ ਉਹਨਾਂ ਦਾ ਟੀਚਾ ਹੁੰਦਾ ਕਿ ਅਸੀਂ ਸਿੱਖ ਕੌਮ ਦੇ ਉਹਨਾਂ ਮਸਲਿਆਂ ਦੇ ਉੱਤੇ ਪੈਰਾ ਦਈਏ ਲੇਕਿਨ ਨਵੀਨ ਜੀ ਆਈ ਵੁੱਡ ਲਾਈਕ ਟੂ ਆਸਕ ਦਿਸ ਕੁਐਸਚਨ ਮੈਂ ਇਸ ਦਾ ਜਵਾਬ ਤੁਹਾਨੂੰ ਬ੍ਰੇਕ ਤੋਂ ਬਾਅਦ ਜ਼ਰੂਰ ਲਵਾਂਗਾ ਕਿ ਕੌਮ ਦੇ ਮਸਲਿਆਂ ਨੂੰ ਅੱਗੇ ਰੱਖ ਕੇ ਕੌਮ ਦੀਆਂ ਗੱਲਾਂ ਨੂੰ ਅੱਗੇ ਰੱਖ ਕੇ मुद्दों को मसलों को विषयों को आगे रख के इस तरीके तक पहुँच जाना इस हद तक पहुँच जाना कि मीडिया को चुनौती देना और जो मीडिया के विच गैस्ट आया उन्होंने भी चुनौती देना देखो जो तुम गंभीर विषय चुकते हो सेंसिटिव मुद्दा चुकते हो कोई सीरीयस मुद्दा चुकते हो तो एटीट्यूड तुहाडी परफॉर्मेंस तुहाडा जो मॉडस ऑपरेंडी वो भी सीरीयस होनी चाहिए है वो भी सेंसिटिव होनी चाहिए है जिस तरह इन्होंने एलीमेंट्स नाल शामिल करोगे तो अपने ही मूवमेंट के उत्ते तुसीं सवालिया निशान लगाता लोगों का भरोसा इस चीज़ तो भी उठ जाएगा कि दे हैव कम टू दिस लेवल जी ईवन अज अज साडी टीम ने साडे प्रेजिडेंट ने साडे सीईओ ने अज आ फैसला लिया कि नॉर्थ अमेरिका का जिहड़ा अज दा मुद्दा है असी मुड़ तो बुलावांगे मनजीत सिंह जी के नूं और शमूलीयत करनगे साडे प्रोग्राम दे विच ते न्यूयॉर्क दे वख-वख जिहड़े गुरुद्वारा साहिबाना दे मैनेजमेंट दे ਅਹੁਦੇਦਾਰ ਨੇ ਉਹ ਵੀ ਅੱਜ ਸਟੂਡੀਓ ਦੇ ਵਿੱਚ ਮੌਜੂਦ ਰਹਿਣਗੇ ਉਹ ਵੀ ਅੱਜ ਇੱਥੇ ਆਉਣਗੇ ਤੇ ਆਪਣੀ ਗੱਲਾਂ ਸਾਡੇ ਨਾਲ ਰੱਖਣਗੇ ਤੇ ਅਸੀਂ ਤਬਸਰਾ ਵੀ ਜ਼ਰੂਰ ਜਾਰੀ ਰੱਖਾਂਗੇ ਅੱਜ ਸ਼ਾਮ ਨੂੰ ਇਸ ਮੁਤਲਕ ਜਿਹੜਾ ਇਹ ਗੱਲ ਵਾਪਰੀ ਹੈ ਤੇ ਨਾਲ ਜਿਹੜੀ ਆਜ਼ਾਦੀ ਹੈਗੀ ਮੀਡੀਆ ਦੀ ਉਹਨੂੰ ਚੁਣੌਤੀ ਦਿੱਤੀ ਜਾ ਰਹੀ ਹੈ ਸਪਾਂਸਰਡ ਮੈਂ ਕਹਾਂਗਾ ਸਪਾਂਸਰਡ ਗੁੰਡਾਗਰਦੀ ਹੈ कौन है आखिरकार इसके पीछे और कौन चाहता है कि इस तरीके की जी हुड़दंग होए और निरपक्ष गल्लां नूं लोकां दे सामने ना लैके जाइया जा सकन ताकि तुसी कंक्लूजन जिहड़ा हमेशा साडे सामने कढदे हो करांगे अज इसी दे उत्ते विचार वरांदरा जारी रख रहे हैं आपां इसी मुद्दे नूं अगे इस ब्रेक तो उस पार